ਜਲੰਧਰ ਸ਼ਹਿਰ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਛ ਨੌਜਵਾਨਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਸ਼ਰਾਬ ਪੀਂਦੇ ਹੋਏ ਸ਼ਰੇਆਮ ਫੜ ਲਿਆ ਅਤੇ ਜਾਣਕਾਰੀ ਮੁਤਾਬਕ ਦੋਨੋਂ ਨੌਜਵਾਨ ਵਿਹੜੇ ਵਿੱਚ ਬੈਠ ਕੇ ਇੱਕ ਪ੍ਰਵਾਸੀ ਦੇ ਨਾਲ ਸ਼ਰਾਬ ਪੀ ਰਹੇ ਸੀ ਅਤੇ ਜਦ ਉਹਨਾਂ ਨੂੰ ਸ਼ਰਾਬ ਪੀਣ ਤੋਂ ਰੋਕਿਆ ਗਿਆ ਤਾਂ ਇਸ ਉੱਤੇ ਦੋਵੇਂ ਨਿਹੰਗ ਸਿੰਘ ਭੜਕ ਗਏ ਅਤੇ ਦੋਵਾਂ ਨੇ ਹਥਿਆਰਾਂ ਦੇ ਨਾਲ ਸਿੱਖ ਨੌਜਵਾਨਾਂ ਉੱਤੇ ਹਮਲਾ ਕਰ ਦਿੱਤਾ ਅਤੇ ਹਮਲਾ ਇੰਨੀ ਤਾਕਤ ਨਾਲ ਕੀਤਾ ਗਿਆ ਕਿ ਇੱਕ ਹਥਿਆਰ ਦਾ ਮਜ਼ਬੂਤ ਲੱਕੜ ਦਾ ਹੈਂਡਲ ਵੀ ਟੁੱਟ ਗਿਆ। ਪਰ ਇਸ ਦੌਰਾਨ ਦੱਸਣਯੋਗ ਇਹ ਹੈ ਕਿ ਨੌਜਵਾਨਾਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਖੁਦ ਨੂੰ ਬੁੱਢਾ ਦਲ ਦੇ ਨਾਲ ਸੰਬੰਧਿਤ ਦੱਸਿਆ ਸੀ ਅਤੇ ਦੂਜੀ ਤਰਫ ਇਸ ਸਾਰੇ ਮਾਮਲੇ ਉੱਤੇ ਭੜਕੇ ਹੋਏ ਸਿੱਖ ਨੌਜਵਾਨਾਂ ਦਾ ਕੀ ਕੁਛ ਕਹਿਣਾ ਉਹ ਵੀ ਤੁਸੀਂ ਸੁਣ ਲਓ। ਸ਼ਰਾਬ ਪੀਂਦੇ ਆ ਇਹਨਾਂ ਨੂੰ ਫੜਿਆ ਕਿ ਕਿੱਦਾਂ ਕਿਹੜੀ ਸ਼ਰਾਬ ਪੀਂਦੇ ਫੜਿਆ ਜੀ ਇਹਨਾਂ ਨੂੰ ਟੈਸਟ ਕਰ ਸਕਦੇ ਹੋ ਤੁਸੀਂ ਬਾਈ ਨੂੰ ਪੁੱਛੋ ਬਾਈ ਸ਼ਰਾਬ ਪੀਤੀ ਆ ਦਿਖਾਓ ਇਹਨੂੰ ਕੱਪੜੇ ਕੋਈ ਹੋਰ ਪਾਓ ਜਾਂ ਕੁਛ ਵੀ ਜੇ ਲਾਣਾ ਵਾ ਇਹਨੂੰ ਆਹ ਲਾ ਦੋ ਉੱਤੋਂ ਇਹਨੇ ਸਮਝਾਉਂਦੇ ਸਮਝਾਉਂਦੇ ਨਹੀਂ ਕਰਦਾ ਕਹਿੰਦਾ ਗੁਰਬਾਣੀ 'ਚ ਲਿਖਿਆ ਵਾ ਪੀ ਸਕਦੇ ਕਹਿੰਦਾ ਤੁਸੀਂ ਕਹਿੰਦਾ ਤੁਸੀਂ ਬੁਲਾਓ ਕਿਸੇ ਨੂੰ ਜਿਹਨੂੰ ਗੁਰਬਾਣੀ ਪਤਾ ਹੋਵੇ ਜੇ ਸਹੀ ਸੀਗੀ ਫਿਰ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕਦੇ ਕੀਤੀ ਭਾਜੀ ਕੀਤੀ ਆ ਉੱਥੇ ਚੜ ਕੇ ਉਹੀ ਉਹੀ ਨਾ ਹੁਣ ਮਾਫੀਆਂ ਕੋਈ ਮੰਗਦਾ ਪੁੱਛੋ ਫਿਰ ਇਹਨੂੰ ਕਿਉਂ ਮੰਗਦਾ ਮਾਫੀ ਪਹਿਲਾਂ ਚੋੜਾ ਹੁੰਦਾ ਪਿਆ ਜੀ ਹੁਣ ਕਿਉਂ ਮਾਫੀਆਂ ਮੰਗਦਾ ਵਾ ਤੁਹਾਡਾ ਕੀ ਨਾਮ ਹੈ ਤੁਸੀਂ ਹੁਸ਼ਿਆਰਪੁਰ ਤੋਂ ਹਾਂਜੀ ਜਿਸ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਕੁਝ ਸਿੱਖ ਜਥੇਬੰਦੀਆਂ ਨੂੰ ਸਥਾਨਕ ਜਗ੍ਹਾ ਉੱਤੇ ਸੱਦਿਆ ਗਿਆ ਜੋ ਕਿ ਇੱਥੇ ਪਹੁੰਚ ਕੇ ਅੱਗੇ ਦੀ ਕਾਰਵਾਈ ਕਰ ਸਕਣ। ਜਲੰਧਰ ਤੋਂ ਸੰਦੀਪ ਕੌਲ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।